ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ब्रह्म ज्ञानी 108 संत बाबा मोनी महाराज जी दे आशीर्वाद सदका साबका मुख्यमंत्री पंजाब सब सरदार दरबारा सिंह जोहल अते सब पर सरदार गुरमुख सिंह जोहल दे परिवार वालों वर्ल्ड वाइड स्को वेलफेयर सोसाइटी कुड़का दे सरप्रस्त बिंदु जोहल यूके अते बहाड़ा परिवार दे सहयोग सदका 5 जनवरी तो लैके 10 जनवरी तक समाज भलाई दे कार्ज जोहल फार्म पिंड कुड़का विखे किते जा रहे हैं, जिस दौरान मुफ्त अखा दे चेकअप अते ऑपरेशन कैंप, खूनदान कैंप, लोड़वंद परिवारां दीआं लड़कियां दे आनंद कार्ज अते नवजम्मियां बच्चियां दी लोहड़ी पाई जा रही है। इस मौके तरलोचन सिंह जोहल, एडवोकेट अश्विनी कुमार, बब्बी जोहल, सरपंच रामलाल, मनजिंदर सिंह, हरदीप तग्गर, रिंकू खोसला तो इलावा पिंड वासी मौजूद सन। हर साल की तरह वर्ल्ड वाइड स्कोप ऑर्गेनाइजेशन वालों जिहड़े समाज भलाई के कामों का शुभारंभ किया जाएगा। इन प्रोग्राम की जो सरप्रस्ती श्री पिंदू जोहल ते बाड़ा परिवार वालों हर साल की तरह दोबारा ही करवाया जा रहा है। इस बार जो ये समागम है 5 तरीक तो लैके 10 तरीक तक लगातार चलणगे। 5 तरीक नूं सब तो पहला भाणुकी दे विच अखां दा अते ऑपरेशन कैंप्स जिहड़े आई ऑपरेशन कैंप्स वो लगणगे। 6 तरीक नूं भी जोहल फार्म दे विच आई ऑपरेशन कैंप अते अखां दा चैकअप किया जाएगा। 7 तरीक नूं श्री अखंड पाठ साहिब दे पाठ आरंभ किए जाणगे। 8 तरीक नूं खूनदान दे कैंप जोहल फार्म दे विच किए जाणगे। 9 तरीक नूं श्री अखंड पाठ साहिब दा पाठ दे भोग तो उपरंत बच्चियां दीआं जरूरतमंद बच्चियां दीआं शादियां कीतियां जाणगियां। उस तों इलावा जिहड़ा साडा नैक्सट प्रोग्राम हैगा आ 10 तरीक नूं जिहड़ा मेन मैगा प्रोग्राम हैगा 5500 बच्चियां दीआं लोहड़ियां दा जिहड़ा समागम आ ਉਹ ਕੀਤਾ ਜਾਵੇਗਾ। ਇਸ ਕਰਕੇ ਸਾਰੇ ਇਲਾਕਿਆਂ ਨੂੰ ਅਸੀਂ ਇਨਵੀਟੇਸ਼ਨ ਦੇ ਤੌਰ 'ਤੇ ਦੁਬਾਰਾ ਫਿਰ ਕਹਿੰਦੇ ਹੈਗੇ ਹਾਂ ਕਿ ਇਸ ਵਿੱਚ ਹੁੰਮ ਹੁਮਾ ਕੇ ਪਹੁੰਚਣ ਤਾਂ ਜੋ ਇਹ ਸਮਾਜ ਜੋ ਇਹ ਸਮਾਜਿਕ ਭਲਾਈ ਦੇ ਕੰਮ ਹੈਗੇ ਆ ਇਹਨਾਂ ਨੂੰ ਨੇਪਰੇ ਚਾੜ ਕੇ ਅਸੀਂ ਇਸ ਪ੍ਰੋਗਰਾਮ ਦੀ ਜਿਹੜੀ ਸ਼ਾਨ ਹੈਗੀ ਆ ਸਾਡੇ ਇਲਾਕੇ ਦੀ ਸਾਡੇ ਹਲਕੇ ਦੀ ਜਿਹੜੀ ਸ਼ਾਨ ਹੈਗੀ ਆ ਉਹ ਜਿਹੜੀ ਵੱਧਦੀ ਜਾ ਰਹੀ ਆ ਇਹਦੇ ਨਾਲ ਸਾਰਾ ਜਿਹੜਾ ਸਮਾਜ ਦੇ ਜਿਹੜੇ ਹਰ ਵਰਗ ਜਿਹੜਾ ਹੈਗਾ ਆ ਇੱਥੇ ਪਹੁੰਚ ਕੇ ਇਸ ਪ੍ਰੋਗਰਾਮਾਂ ਨੂੰ ਆਪਾਂ ਨੇਪੇ ਚਾੜੀਏ। ਧੰਨਵਾਦ। ਹਰ ਸਾਲ ਦੀ ਤਰ੍ਹਾਂ ਜੋਹਲ ਫਾਰਮ ਪਿੰਡ ਘੋੜਕਾ ਵਿਖੇ ਬਹੁਤ ਵੱਡੇ ਪੱਧਰ ਤੇ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਆ। ਇਸ ਸਾਲ ਵੀ ਜਨਵਰੀ ਦੇ ਪਹਿਲੇ ਹਫਤੇ ਤੋਂ ਇਹ ਜਿਹੜਾ ਕਿ ਲੋਕਾਂ ਦੀ ਸੇਵਾ ਲਈ ਪਿੰਦੂ ਜੋਹਲ ਯੂਕੇ ਵੱਲੋਂ ਸਰਦਾਰ ਤਲੋਜਨ ਸਿੰਘ ਜੋਹਲ ਜੋਹਲ ਫਾਰਮ ਘੋੜਕਾ ਵੱਲੋਂ ਬਹੁਤ ਵੱਡੀ ਸੇਵਾ ਦੇ ਕੰਮ ਕੀਤੇ ਜਾ ਰਹੇ ਆ। ਜਿਹੜੇ 5 ਜਨਵਰੀ ਨੂੰ ਅੱਖਾਂ ਦਾ ਕੈਂਪ ਭਾਣੂਕੀ ਵਿਖੇ ਲਗਾਇਆ ਜਾਵੇਗਾ, 6 ਜਨਵਰੀ ਨੂੰ ਜੋਹਲ ਫਾਰਮ ਘੋੜਕਾ ਵਿਖੇ ਲਗਾਇਆ ਜਾਵੇਗਾ, 7 ਜਨਵਰੀ ਨੂੰ ਜਿਹੜਾ ਕਿ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਉਸ ਤੋਂ ਬਾਅਦ 8 ਜਨਵਰੀ ਨੂੰ ਜਿਹੜਾ ਖੂਨਦਾਨ ਕੈਂਪ ਹਰ ਵਾਰ ਇੱਥੇ ਲਗਾਇਆ ਜਾਂਦਾ ਉਹ ਵੀ ਲਗਾਇਆ ਜਾਵੇਗਾ, ਅਤੇ 9 ਜਨਵਰੀ ਨੂੰ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕੀਤੇ ਜਾ ਰਹੇ ਆ। 10 ਜਨਵਰੀ ਨੂੰ 5100 ਧੀਆਂ ਦੀ ਲੋਹੜੀ ਪਾਈ ਜਾ ਰਹੀ ਹੈ, ਜਿਹੜਾ ਕਿ ਇੱਕ ਬਹੁਤ ਵੱਡਾ ਕਾਰਜ ਹੈਗਾ ਪੂਰੇ ਪੰਜਾਬ ਦੇ ਵਿੱਚ। ਪਹਿਲਾਂ ਵੀ ਇਹਨਾਂ ਵੱਲੋਂ ਵੱਡੇ ਕਾਰਜ ਕੀਤੇ ਗਏ ਆ, ਅਤੇ ਇਸ ਸਾਲ ਵੀ 5100 ਧੀਆਂ ਦੀ ਲੋਹੜੀ ਪੂਰਾ ਪੰਜਾਬ ਨਹੀਂ, ਜੇਕਰ ਇੰਡੀਆ ਦੀ ਗੱਲ ਕਰ ਲਈਏ ਤਾਂ ਇੰਡੀਆ ਦੇ ਵਿੱਚ ਇਹ ਪਹਿਲਾ ਫੰਕਸ਼ਨ ਹੋਵੇਗਾ ਜਿਹੜਾ ਐਡਾ ਵੱਡਾ ਇਹ ਕਾਰਜ ਕੀਤਾ ਜਾ ਰਿਹਾ, ਜਿੱਥੇ ਕਿ ਜੋਹਲ ਫਾਰਮ ਘੋੜਕਾ ਵੱਲੋਂ, ਪਿੰਦੂ ਜੋਹਲ ਯੂਕੇ ਵੱਲੋਂ, ਤਲੋਚਨ ਸਿੰਘ ਜੋਹਲ, ਮਨਮੋਹਨ ਬਾਰਸ, ਸਰਜੀਤ ਰਾਏ ਅਤੇ ਹੋਰ ਜਿੰਨੇ ਵੀ ਪਤਵੰਤੇ ਸੱਜਣਾ ਉਹਨਾਂ ਵੱਲੋਂ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਵੀ ਵੱਧ ਤੋਂ ਵੱਧ ਤੁਸੀਂ ਇੱਥੇ ਪਹੁੰਚ ਕੇ ਇੱਕ ਤਾਂ ਹੌਸਲਾ ਅਫਜਾਈ ਕਰੋ, ਇੱਕ ਜਿਹੜਾ ਬੱਚੀਆਂ ਦੀ ਲੋਹੜੀ ਪਾਈ ਜਾਣੀ ਆ ਉਹਨਾਂ ਨੂੰ ਆਸ਼ੀਰਵਾਦ ਦੇਣ ਪਹੁੰਚੋ।